ਨਕੋਤਰ ਨਿਊਜ਼ ਰਿਪੋਰਟ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਲੋ ਦੋਸਤੋ ਪੇਸ਼ ਹੈ ਤੁਹਾਡੇ ਲਈ ਇੱਕ ਕਹਾਣੀ। ਆਸ ਕਰਦਾ ਕਿ ਤੁਸੀਂ ਜ਼ਰੂਰ ਪਸੰਦ ਕਰੋਗੇ। ਛੋਟੀ ਉਮਰ ਵਿੱਚ ਰੋਜੀ ਰੋਟੀ ਲਈ RAMU ਪੰਜਾਬ ਆ ਗਿਆ। ਹਰ ਵਕਤ ਹੱਡ ਤੋੜ ਮਿਹਨਤ ਕਰਦਾ। ਕੁਝ ਪੈਸੇ ਆਪਣੇ ਬੁੱਢੇ ਮਾਂ-ਬਾਪ ਲਈ ਬਿਹਾਰ ਭੇਜਦਾ। ਉਹ ਜਿਹ ਪੈਸੇ ਆਪਣੇ ਖਰਚੇ ਲਈ ਕੋਲ ਰੱਖਦਾ ਉਮਰ ਛੋਟੀ ਹੋਣ ਕਰਕੇ ਉਸ ਕੋਲੋਂ ਜ਼ਿਆਦਾ ਕੰਮ ਨਾ ਹੁੰਦਾ ਜਿਸ ਕਾਰਨ ਸਰਦਾਰ ਲੜਦਾ ਤੇ ਰਾਮੂ ਹਮੇਸ਼ਾ ਡਰਦਾ ਰਹਿੰਦਾ ਕਿ ਕਿਤੇ ਕੁੱਟ ਨਾ ਪੈ ਜਾਵੇ ਕਈ ਲੋਕ ਕਹਿੰਦੇ ਰਾਮੂ ਪੜ ਲੈਂਦਾ ਪਰ ਰਾਮੂ ਅੱਗੋਂ ਕੁਝ ਨਾ ਬੋਲਦਾ ਦਿਲ ਵਿੱਚ ਸੋਚਦਾ ਕਿ ਗਰੀਬ ਪੜ ਨਹੀਂ ਸਕਦੇ ਕਿਉਂਕਿ ਰਾਮੂ ਪੰਜ ਹੀ ਪੜਿਆ ਸੀ ਅਤੇ ਅੱਗੇ ਪੜਨ ਜੋਗੇ ਪੈਸੇ ਨਹੀਂ ਸਨ ਵਿਦਿਆ ਵਿਕਦੀ ਹੈ ਜਿਸ ਕੋਲ ਪੈਸੇ ਹੁੰਦੇ ਹਨ ਉਹ ਖਰੀਦ ਲੈਂਦਾ ਹੈ ਰਾਮੂ ਇਸ ਨੂੰ ਸਿਰਫ ਪੰਜਵੀਂ ਤੱਕ ਹੀ ਖਰੀਦ ਸਕਿਆ ਹੁਣ ਤਾਂ ਰਾਮੂ ਨੂੰ ਰੋਜੀ ਰੋਟੀ ਤੋਂ ਇਲਾਵਾ ਹੋਰ ਕੁਝ ਵੀ ਨਾ ਸੁਝਦਾ ਰਾਮੂ ਦੀ ਉਮਰ 16 ਸਾਲ ਦੀ ਹੋ ਗਈ ਜਦੋਂ ਕੋਈ ਪਿੰਡ ਜਾਂਦਾ ਤਾਂ ਰਾਮੂ ਕਹਿੰਦਾ ਮੇਰੇ ਮਾਤਾ ਪਿਤਾ ਨੂੰ ਕਹਿ ਦੇਣਾ ਕਿ ਮੈਂ ਵੱਡਾ ਹੋ ਗਿਆ ਤੇ ਜਲਦ ਹੀ ਪਿੰਡ ਵਾਪਸ ਆਵਾਂਗਾ ਅਚਾਨਕ ਰਾਮੂ ਦੀ ਮਾਂ ਇੱਕ ਦਿਨ ਬਿਮਾਰ ਹੋ ਗਈ ਜਿੰਨਾ ਕੋ ਹੋ ਸਕਦਾ ਸੀ ਇਲਾਜ ਕਰਵਾਇਆ ਪਰ ਰੱਬ ਨੇ ਨਾ ਸੁਣੀ ਰਾਮੂ ਦੀ ਮਾਂ ਮਰ ਗਈ ਰਾਮੂ ਨੂੰ ਚਿੱਠੀ ਪਾਈ ਗਈ ਚਿੱਠੀ ਰਾਮੂ ਦੇ ਸਰਦਾਰ ਦੇ ਘਰ ਆਈ ਸਰਦਾਰ ਨੇ ਚਿੱਠੀ ਪੜ ਲਈ ਪਰ ਰਾਮੂ ਨੂੰ ਨਾ ਦੱਸਿਆ ਕੰਮ ਦੇ لالਚ ਵਿੱਚ ਸਰਦਾਰ ਅਨਸਾਨੀਅਤ ਭੁੱਲ ਚੁੱਕਿਆ ਸੀ ਕੁਝ ਦਿਨ ਬੀਤ ਗਏ ਰਾਮੂ ਦਾ ਦਿਲ ਕੀਤਾ ਕਿ ਮੈਂ ਪਿੰਡ ਜਾਵਾਂ ਤੇ ਸਰਦਾਰ ਕੋਲੋਂ ਪੈਸੇ ਮੰਗੇ ਨਾ ਨੁਕਰ ਕਰਨ ਤੋਂ ਬਾਅਦ ਸਰਦਾਰ ਨੇ ਕੁਝ ਪੈਸੇ ਦੇ ਦਿੱਤੇ ਰਾਮੂ ਤਿੰਨ ਦਿਨ ਬਾਅਦ ਟ੍ਰੇਨ ਤੇ ਘਰ ਪਹੁੰਚਿਆ ਘਰ ਵਿੱਚ ਕੋਈ ਨਹੀਂ ਸੀ ਮੰਜੇ ਤੇ ਬੈਠਾ ਰਾਮੂ ਆਪਣੀ ਮਾਂ ਨੂੰ ਆਵਾਜ਼ਾ ਮਾਰਦਾ ਹੈ ਕਾਦੀ ਹਾਲਤ ਦੇਖ ਕੇ ਤੰਜ ਲੱਗਦਾ ਜਿੱਦਾਂ ਇੱਥੇ ਕੋਈ ਵੱਸਦਾ ਹੀ ਨਾ ਹੋਵੇ ਰੰਬੂ ਦੀਆਂ ਆਵਾਜ਼ਾਂ ਸੁਣ ਕੇ ਗਵਾਂਢੀ ਆ ਗਈ ਉਹਨਾਂ ਨੇ ਰਾਮੂ ਨੂੰ ਨਾਂ ਪਛਾਣਿਆ ਰਾਮੂ ਨੇ ਦੱਸਿਆ ਮੈਂ ਲక్ష్ਮੀ ਦਾਸ ਦਾ ਮੁੰਡਾ ਹਾਂ ਇਹ ਕਲ ਸੁਣ ਕੇ ਗਵਾਂਢੀਆਂ ਦੀ ਘਰ ਵਿੱਚ ਕੋਈ ਨਹੀਂ ਸੀ ਮੰਜੇ ਤੇ ਬੈਠਾ ਰਾਮੂ ਆਪਣੀ ਮਾਂ ਨੂੰ ਆਵਾਜ਼ਾ ਮਾਰਦਾ ਹੈ ਘਰ ਦੀ ਹਾਲਤ ਦੇਖ ਕੇ ਤੇ ਇੰਜ ਲੱਗਦਾ ਹੈ ਜਿੱਦਾਂ ਕੋਈ ਇੱਥੇ ਵੱਸਦਾ ਹੀ ਨਾ ਹੋਵੇ ਰਾਮੂ ਦੀਆਂ ਆਵਾਜ਼ਾਂ ਸੁਣ ਕੇ ਗਵਾਂਢੀ ਆ ਗਏ ਉਹਨਾਂ ਨੇ ਰਾਮੂ ਨੂੰ ਨਾ ਪਹਿਚਾਣਿਆ ਰਾਮੂ ਨੇ ਦੱਸਿਆ ਮੈਂ ਲక్ష్ਮੀ ਦਾਸ ਦਾ ਮੁੰਡਾ ਹਾਂ ਇਹ ਗੱਲਾਂ ਸੁਣ ਕੇ ਗਵਾਂਢੀਆਂ ਦੇ ਅੱਖਾਂ ਵਿੱਚੋਂ ਅਥਰੂ ਆ ਗਏ ਰਾਮੂ ਪੁੱਛਦਾ ਹੈ ਮੇਰੇ ਮਾਤਾ ਪਿਤਾ ਕਿੱਥੇ ਹਨ ਪਰ ਅਗੋ ਕੋਈ ਉੱਤਰ ਨਾ ਮਿਲਿਆ ਰਾਮੂ ਸਮਝ ਗਿਆ ਮੇਰੇ ਮਾਤਾ ਪਿਤਾ ਇਸ ਦੁਨੀਆ ਵਿੱਚ ਨਹੀਂ ਰਹੇ ਆਪਣੇ ਆਪ ਨੂੰ ਕੋਸਦਾ ਹੈ ਮੈਂ ਕਿੰਨਾ ਭਾਗਾ ਕਿ ਆਪਣੇ ਮਾਤਾ ਪਿਤਾ ਦੀ ਸੇਵਾ ਵੀ ਨਹੀਂ ਕਰ ਸਕਿਆ ਰਾਮੂ ਦਾਸ ਰਣ ਲੱਗ ਪਿਆ ਆਖਰ ਦਿਲ ਨਾ ਲੱਗਿਆ ਰਾਮੂ ਵਾਪਸ ਪੰਜਾਬ ਆ ਗਿਆ ਸਰਦਾਰ ਦੇ ਕੰਮ ਲੱਗ ਗਿਆ ਸਰਦਾਰ ਪੁੱਛਦਾ ਉਹ ਬਈ ਸਭ ਠੀਕ ਠਾਕ ਸੀ RAMMU ਰੋਣ ਲੱਗ ਪਿਆ ਸਰਦਾਰ ਪੁੱਛਦਾ ਕੀ ਗੱਲ ਹੋ ਗਈ ਬਈ RAMMU ਕਹਿੰਦਾ ਮੇਰੇ ਮਾਤਾ ਪਿਤਾ ਦੀ ਮੌਤ ਹੋ ਗਈ ਹੈ ਬਹੁਤ ਮਾੜਾ ਹੋਇਆ RAMMU ਇੱਕ ਦਿਨ ਕਮਰੇ ਦੀ ਸਫਾਈ ਕਰ ਰਿਹਾ ਸੀ ਅਚਾਨਕ RAMMU ਦੇ ਹੱਥ ਉਹ ਚਿੱਠੀ ਲੱਗ ਗਈ ਜਿਹੜੀ ਕਿ ਉਸਦੀ ਮਾਂ ਦੀ ਮੌਤ ਤੇ ਆਈ ਸੀ RAMMU ਪੜ੍ਹ ਕੇ ਰੋਣ ਲੱਗ ਪਿਆ ਸਰਦਾਰ ਕੋਲ ਗਿਆ ਮੈਨੂੰ ਦੱਸਿਆ ਨਹੀਂ ਮੈਂ ਆਪਣੇ ਮਾਤਾ ਪਿਤਾ ਨੂੰ ਜਾ ਕੇ ਦੇਖ ਤਾਂ ਲੈਂਦਾ ਸਰਦਾਰ ਗੁੱਸੇ ਵਿੱਚ ਆ ਕੇ ਬੋਲਿਆ ਤੂੰ ਕਿਹੜਾ ਜਾ ਕੇ ਆਪਣੇ ਮਾਪਿਆਂ ਨੂੰ ਜਿੰਦਾ ਕਰ ਲੈਣਾ ਸੀ? ਰਾਮੂ ਦਾ ਤਾਂ ਦਿਲ ਹੀ ਟੁੱਟ ਗਿਆ ਤੇ ਕੰਮੋਂ ਤੂੰ ਹਟ ਗਿਆ। ਬ੍ਰਾਮੂ ਨੇ ਇੱਕ ਛੱਪੜ ਦੇ ਕਿਨਾਰੇ ਝੁੱਗੀ ਪਾ ਲਈ ਅਤੇ ਕੰਮ ਕਰਨ ਲੱਗ ਗਿਆ। ਅੱਜ ਰਾਮੂ ਨੂੰ ਪੂਰੇ 5 ਸਾਲ ਹੋ ਗਏ ਸਨ। ਇੱਕ ਪਿੰਡ ਦੇ ਵਿਅਕਤੀ ਨੇ ਸੋਚਿਆ ਕਿ ਸੇ ਗਰੀਬ ਘਰ ਦੀ ਕੁੜੀ ਨਾਲ ਇਸਦਾ ਵਿਆਹ ਕਰ ਦਈਏ। ਘਰ ਦੀ ਹਾਲਤ ਵੀ ਕੁਝ ਠੀਕ ਸੀ। ਛੱਪੜ ਦੇ ਕਿਨਾਰੇ ਹੋਰ ਵੀ ਕਈ ਲੋਕ ਆ ਕੇ ਬੈਠ ਗਏ। ਇੱਕ ਦਿਨ ਸਰਕਾਰ ਵੱਲੋਂ ਨੋਟਿਸ ਆਇਆ ਕਿ ਛੱਪੜ ਦੀ ਥਾਂ ਖਾਲੀ ਕੀਤੀ ਜਾਵੇ। ਪਿੰਡ ਦੇ ਕਿ ਲੋਕ ਵੀ ਆਏ ਕਿ ਸਾਰਿਆਂ ਨੂੰ ਭਜਾਓ ਪੁਲਿਸ ਨੇ ਲਾਠੀ ਚਾਰਜ ਕਰ ਦਿੱਤਾ ਤੇ ਗਰੀਬਾਂ ਦੀਆਂ ਸਾਰੀਆਂ ਝੁੱਗਿਆਂ ਨੂੰ ਢਾ ਦਿੱਤਾ ਗਿਆ ਕੁਝ ਸਮਾਜ ਸੇਕ ਵੀ ਅੱਗੇ ਆਏ ਪਰ ਉਹਨਾਂ ਦੀ ਵੀ ਕੋਈ ਸੁਣਵਾਈ ਨਾ ਹੋਈ RAMU ਬੇਕਾਰ ਹੋ ਗਿਆ ਤੇ ਚੁੱਪਚਾਪ ਰਹਿਣ ਲੱਗਿਆ ਇੱਕ ਦਿਨ RAMU ਸਾਈਕਲ ਮੰਗ ਕੇ ਕਿਤੇ ਜਾ ਰਿਹਾ ਸੀ ਰਾਹ ਵਿੱਚ RAMU ਨੂੰ ਕੋਈ ਫੇਟ ਮਾਰ ਗਿਆ RAMU ਨੂੰ ਕਾਫੀ ਸੱਟ ਲੱਗੀ ਸਾਰੇ ਲੋਕ ਵੇਖਦੇ ਰਹੇ ਕਿਸੇ ਨੇ ਵੀ ਚੁੱਕਣ ਦੀ ਹਿੰਮਤ ਨਾ ਕੀਤੀ RAMU ਦਮ ਤੋੜ ਗਿਆ ਦੂਜੇ ਦਿਨ ਇੱਕ ਆਦਮੀ ਆਇਆ ਕਹਿਣ ਲੱਗਾ ਮੈਂ RAMMU ਦਾ ਮਾਸੜਾ ਮੈਂ ਰਾਜੀਨਾਮਾ ਨਹੀਂ ਕਰਨਾ ਜਿੰਨਾਂ ਤੋਂ ਗੱਡੀ ਦੀ ਫੇਟ RAMMU ਨੂੰ ਵੱਜੀ ਸੀ ਉਹਨਾਂ ਨੇ 20000 ਰੁਪਏ ਦਿਖਾਇਆ ਤਾਂ ਰਾਜੀਨਾਮੇ ਲਈ ਝਟ ਤਿਆਰ ਹੋ ਗਿਆ ਪਿੰਡ ਦੇ ਆਦਮੀ ਜਿਸ ਨੂੰ ਸਾਰੇ ਪਾਗਲ ਕਹਿੰਦੇ ਸਨ ਉਹ ਉੱਚੀ ਉੱਚੀ ਹੱਸਦਾ ਹੁੰਦਾ ਹੈ ਕਹਿੰਦਾ ਹੈ ਜਦੋਂ ਘਰ ਢਾਏ ਤਾਂ ਸਾਰੇ ਨੇ ਤਮਾਸ਼ਾ ਦੇਖਿਆ ਜਦੋਂ ਹੱਡੀਆਂ ਦਾ ਮੁੱਲ ਪਾਉਣਾ ਸੀ ਤਾਂ ਸਾਰੇ ਆ ਗਏ ਪਿੰਡ ਵਿੱਚੋਂ ਕੋਈ ਵੀ ਆਦਮੀ ਅੱਗੂ ਨਹੀਂ ਬੋਲਦਾ ਉਹ ਪਾਗਲ ਆਦਮੀ ਉੱਚੀ ਉੱਚੀ ਬੋਲਦਾ ਐਵੇਂ ਕਹਿੰਦੇ ਨੇ ਬੰਦੇ ਦੀ ਕੀਮਤ ਨਾ ਲੱਖਾਂ ਚ ਨਾ ਕਰੋੜਾਂ ਵਿੱਚ ਕੀਮਤ ਤਾਂ ਸਿਰਫ 20000 ਰੁਪਇਆ ਹੈ ਇਹ ਕਹਿ ਕੇ ਅੱਗੇ ਤੁਰ ਜਾਂਦਾ ਹੈ ਉਸ ਪਾਗਲ ਦੀ ਇਹ ਗੱਲ ਸੁਣ ਕੇ ਮੈਨੂੰ ਇੰਜ ਲੱਗਦਾ ਹੈ ਜਿਵੇਂ ਪਿੰਡ ਦੇ ਸਾਰੇ ਲੋਕ পাগল ਹੋਣ ਤੇ ਉਹ ਪਾਗਲ ਆਦਮੀ ਸਿਆਣਾ